ਹਾਲਾਤ ਪੂਰੇ 10 ਸਾਲ ਗੁਜ਼ਰੇ ਨੇ, ਅਸ ਕਹਿੰਦੇ ਹਾਂ ਕਿ ਘੜੀ ਦਾ ਖੁੱਜਿਆ ਕਰੋ ਜਾਂ ਰਸਤਾ ਵੀ ਜਾਂਦਾ। 10 ਸਾਲ ਦਾ ਕਿੰਨਾ ਪਿੱਛੇ ਗਏ ਦੱਸ। ਜਿਹੜਾ ਬੱਚਾ 30 ਸਾਲ ਦਾ MSc BEd ਦਾ MA BEd ਦਾ ਬੱਚੀ ਜਿਹੜਾ ਟੀਚਰ ਲੱਗਣਾ ਸੀ, ਜਿਹੜਾ ਵੀ ਬੱਚਾ 30 ਜਾਂ 40 ਦਾ ਵੀ ਆ, ਮੈਂ ਇਹ ਦੱਸੋ ਤੁਸੀਂ ਇਹ ਪਾਸੀਬਲ ਹੈ ਕਿ ਉਸ ਬੱਚੇ ਕੀ ਜ਼ਿੰਦਗੀ ਚ ਇਹਦੇ ਬਾਅਦ ਕੋਈ ਚਾਂਸ ਮਿਲਣਾ ਨੌਕਰੀ ਦਾ? ਮੰਨਦੇ ਉਸ ਗੱਲ ਕੀ? ਉਹਦਾ ਜ਼ਿੰਮੇਵਾਰ ਕੌਣ ਹੈ? ਹੂਜ਼ ਰਿਸਪੋਂਸੀਬਲ? ਸਰਕਾਰਾਂ ਕਹਿ ਦੱਸ ਬਣਾਉਂਦੇ ਨੇ ਲੋਕਾਂ ਦੀ ਜ਼ਿੰਦਗੀ ਅੱਛੀ ਬਣਾਉਣ ਵਾਸਤੇ, ਨਾ ਕਿ ਲੋਕਾਂ ਨੂੰ ਤੰਗ ਕਰਨ ਵਾਸਤੇ। ਜਿਹੜਾ ਕਿਸਾਨ ਜਿਹਦੀ ਜ਼ਮੀਨ ਚਲਦੀ ਬੁੜਦੀ, ਔਰ ਬੱਚੋ ਉਹ ਉਤਰੋ ਪਲੀਜ਼, ਤੇ ਮੇਰੇ ਕਹਿਣ ਦਾ ਮਕਸਦ ਹੈ ਜਿਹੜਾ ਜ਼ਮੀਨ ਇਹ ਬਣੀ ਹੁੰਦੀ ਹੈ, ਜਿਹੜੇ ਕਿਸਾਨ ਲੋਕ ਹੈ ਸਾਰੇ ਆ ਸਾਰੇ ਕਿੰਨੀ ਮਿਹਨਤ ਕਰਨੀ ਪੈਂਦੀ ਹੈ, ਔਰ ਕਦੇ ਜ਼ਮੀਨ ਤੁਸੀਂ 1 ਸਾਲ ਖੇੜੀ ਛੋੜੀ ਲਓ, ਜ਼ਮੀਨ ਦੀ ਸ਼ਕਲ ਬਦਲੀ ਹੁੰਦੀ ਹੈ। ਪਤਾ ਨਹੀਂ ਇਹ ਕਦੇ ਬੁੜੀ ਵੀ ਹੈ ਜਾਂ ਨਹੀਂ ਬੁੜੀ। ਤੇ ਜਿਹੜਾ ਜ਼ਮੀਨਾਂ ਉਮਰਾਂ ਲਾਈਆਂ ਬਣਾਈਆਂ, ਸਰਕਾਰਾਂ ਕਿੰਨੀਆਂ ਨਿਕਲੀਆਂ, ਕਿੰਨੀਆਂ ਸਰਕਾਰਾਂ ਹੋਈਆਂ। ਪਹਿਲੀ ਸਰਕਾਰ ਆਏਗੀ ਲੋਕੀ ਪਤਾ ਲੱਗਾ ਤੇ ਉਹਦੀ ਗਰਦੌਰੀ ਕਟਵਾਈ, ਉਹਦਾ ਇੰਤਕਾਲ ਵੀ ਖਤਮ ਹੋ ਜਾਂਦਾ। ਲਿਖੀ ਉਸਦਾ ਫੱਟੀ ਲਾਈ ਉਹਦੀ ਸਰਕਾਰੀ ਜ਼ਮੀਨ। ਮੈਂ ਪੁੱਛਣਾ ਚਾਹੁੰਦਾ ਜਿਹੜੀ ਜ਼ਮੀਨ ਬਰਬਾਦ ਸੀ, ਜਿਹਦਾ ਕੋਈ ਫਾਇਦਾ ਨਹੀਂ ਹੈ, ਚੰਦ ਲੋਕਾਂ ਲਈਏ ਮਿਹਨਤ ਕਰੀਏ, ਔਰ ਜ਼ਮੀਨ ਤੇ ਕੋਈ ਜ਼ਮੀਨ ਤੇ ਬੁਨਿਆਦੀ ਤੌਰ ਉਸ ਇਲਾਕੇ ਦੇ ਲੋਕਾਂ ਦੀ, ਚਾਹੇ ਮੇਰੀ ਕਿਹੜੀ ਚਾਹੇ ਉਹਦੀ ਕਿਹਦੀ ਉਹਦੀ ਕਿਹਦੀ, ਸਰਕਾਰ ਕੋਲ ਜ਼ਮੀਨ ਕੋਈ ਕਾਗਜ਼ ਹੋ ਸਕ ਕਾਗਜ਼ ਜ਼ਮੀਨ ਬਣਾ ਸਕਦੇ ਨੇ? ਕਾਗਜ਼ ਉਹ ਲਿਖੋ 100 ਕਮਾ ਤਾਂ 100 ਕਮਾ ਜ਼ਮੀਨ ਬਣੀ ਨਹੀਂ। ਜ਼ਮੀਨ ਜਿਹੜੀ ਰੱਬ ਨੇ ਬਣਾਈ ਹੋਈ ਜ਼ਮੀਨ ਹੈ, ਉਹਦੇ ਉੱਪਰ ਕਈ ਲੋਕ ਆਏ ਕਈ ਚਲੀਏ, ਔਰ ਕਈ ਚਲੀਆਂ ਨੇ, ਔਰ ਗੁਜ਼ਾਰੇ ਵਾਸਤੇ ਇਹ ਗੁਜ਼ਾਰਾ ਇਨਸਾਨ ਦਾ। ਲੇਕਿਨ ਫਟੀਆਂ ਆਈ ਆ ਸਟੇਟ ਲਾਈਨ, ਸਟੇਟ ਬਣਾਈ ਹੁੰਦੀ ਤਾਂ ਸਟੇਟ ਬਣਾਏਗਾ, ਇਹ ਚਾਹੁੰਦਾ ਕਿ ਸਟੇਟ ਬਣਾਈ ਹੈ, ਕੁਰਬਾਨੀ ਇਹਦੀ ਸਟੇਟ ਬਣੀ ਹੈ। ਕਿੰਨੇ ਇਲਾਕੇ ਜੀਤੇ ਲੋਕਾਂ ਪੂਰੀ ਸਟੇਟ ਬਣੀ ਹੈ, ਅਤੇ ਸਟੇਟ ਲੈਣ ਸਟੇਟ ਦੇ ਲੋਕਾਂ ਦੀ ਹੁੰਦੀ ਹੈ, ਸਟੇਟ ਬਾਹਰੋਂ ਦੇ ਲੋਕ ਆਏ ਤਾਂ ਤੁਸੀਂ ਜ਼ਮੀਨ ਸਾਡੀ ਖੋਹੀ ਲਓ। ਔਰ ਲੋਕਾਂ ਵੀ ਆਪਣੇ ਵੀ ਇੰਨਾ ਕਮਜ਼ੋਰ ਸਮਝ ਲਿਆ ਕਿ ਸ਼ਾਇਦ ਚੋਰ ਤਾਂ ਨਹੀਂ ਹੈ ਕਿ ਸਾਡੇ ਕੋਲ ਸਟੇਟ ਲੈਣ ਹੈ, ਨਾ ਜੇ ਸਟੇਟ ਆਪਣੀ ਹੈ
ਇਲਾਕਾ ਆਪਣਾ, ਉੱਥੋਂ ਦੀ ਹਰ ਚੀਜ਼ ਆਪਣੀ ਹੁੰਦੀ ਹੈ ਔਰ ਜ਼ਮੀਨ ਬਣਾਈ ਬਣਦੀ ਹੈ, ਫਿਰ ਬਣੀ ਉੱਥੋਂ ਰੋਟੀ ਚਲਾਉਂਦੀ ਹੈ, ਬੰਦਾ ਰੁਜ਼ਗਾਰ ਨਹੀਂ ਕਰ ਰਿਹਾ, ਕਾਰੋਬਾਰ ਨਹੀਂ ਉਸੀ ਸਰਕਾਰੀ, ਕੋਈ ਗਵਰਨਮੈਂਟ ਤਰਫਾਂ ਕੋਈ ਨੌਕਰੀ ਨਹੀਂ ਹੈ, ਅਗਰ ਉਹ ਗੁਜ਼ਾਰਾ ਉਹਦਾ ਚੱਲਦਾ, ਇਹਦਾ ਮਤਲਬ ਸਰਕਾਰ ਕੀ ਉਹਦੀ ਕੋਈ ਤੰਗੀ ਨਹੀਂ ਹੋਣੀ ਚਾਹੀਦੀ। ਅਫਸੋਸ ਹੈ ਸਰਕਾਰ ਨੇ ਫੱਟੀਆਂ ਲਾਈਆਂ ਲੋਕਾਂ ਨੇ ਸਭੀ ਨੇ ਫੜੀਆਂ, ਇਹ ਗੱਲ ਯਾਦ ਰੱਖਿਓ। ਅਫਸੋਸ ਹੈ ਵੀ ਤੁਹਾਡੇ ਸਾਰੇ ਬੱਚਿਆਂ ਲੋਕਾਂ ਨੇ ਜ਼ਮੀਨ ਆਪਣੀ ਕਦੋਂ ਵੀ ਕਟਾਈਆਂ, ਪੇਠੇ ਨਹੀਂ ਹੋਏ। ਮੈਂ 6 ਸਾਲ ਸੜਕੇ ਬਣਿਆ, ਪੂਰੇ 6 ਸਾਲ 18 ਕੋਲ 24 ਹੋਈ ਹੈ, ਗਰਮੀ ਸਰਦੀ ਬਰਸਾਤ ਹਰ ਬੰਦੇ ਦੀ ਇਹ ਯਾਦ ਕਰਾਇਆ ਕਿ ਜ਼ਮੀਨ ਜੋ ਸਰਕਾਰ ਜ਼ਮੀਨ ਹੈ ਛੀਨੇ ਬਹੁਤ ਸਰਕਾਰ ਨੇ ਕਮੀ ਇੱਕ ਇੱਕ ਵੀ ਕਰਾਇਆ। ਔਰ ਜਿਹੜਾ ਅਸੀਂ ਲੋਕਾਂ ਨੂੰ ਸਮਝਾਉਣਾ ਸ਼ੁਰੂ ਕੀਤਾ, ਸਰਕਾਰ ਕੀ ਤਕਲੀਫ ਹੋਈ, ਬੜੀ ਤਕਲੀਫ ਹੋਈ, ਕੇਸ ਬਣਾਏ, ਥਾਣੇ ਬਣਾਏ, ਜ਼ਿਲ੍ਹੇ ਬਣਾਏ, ਪੂਰੀ ਤਕਲੀਫ ਹੁੰਦੀ, ਚੋਰ ਲਗਾ ਲਾਇਆ। ਲੇਕਿਨ ਤੁਹਾਡੇ ਜ਼ੋਰ ਲਗਾਉਣੇ ਕਹਿੰਦੇ ਤੁਸੀਂ ਸਾਨੂੰ ਚੁੱਪ ਕਰਾਈ ਸਕਦੇ ਹੋ, ਪਾਸੀਬਲ ਹੈ, ਅਸੀਂ ਮਰੀ ਸਕਦੇ ਹਾਂ, ਕੱਟੀ ਸਕਦੇ ਹਾਂ, ਕਟੋਈ ਸਕਦੇ ਹਾਂ, ਚੁੱਪ ਨਹੀਂ ਸਕਦੇ, ਲੋਕਾਂ ਵਾਸਤੇ ਜਾਨ ਵੀ ਦੇਣੇ ਪਾਉ, ਇਹ ਅਸੀਂ ਲੜਨੇ ਤਿਆਰ ਹੈ ਫਾਰ ਯੂਰ ਕੈਂਟਰੀਬਿਊਸ਼ਨ। ਜ਼ਮੀਨਾਂ ਗਈਆਂ, ਸਟੇਟ ਟੁੱਟੀ, ਸਟੇਟ ਟੁੱਟਣਾ ਛੋੜੋ, ਸਟੇਟ ਛੁੱਟੀ ਸਮਝੋ ਕਿ ਲਦਾਖ ਵਾਲੇ ਆਖਿਆ ਸਾਨੂੰ ਯੂਟੀ ਕਰੀ ਦਿਓ, ਬਣਾਈ ਦਿਓ, ਕੋਈ ਗੱਲ ਨਹੀਂ, ਅਗਰ ਉਹਨੇ ਮੰਗੀ ਹੈ ਨਹੀਂ ਜੋੜਨਾ ਚਾਹੁੰਦੇ, ਅਗਰ ਉਹ ਤੰਗ, ਅਗਰ ਕੁਛ ਹੁਕਮਰਾਨੇ ਕੋਲ ਤੰਗ, ਹੁਣ ਆਪਣੀ ਇੰਡੀਪੈਂਡੈਂਸ ਮੰਗੀ, ਅਲੱਗ ਮੰਗੀ, ਬੜੀ ਗੱਲ ਨਹੀਂ ਹੈ। ਲੇਕਿਨ ਜਿਹੜੀ ਸਟੇਟ ਦਾ 370 ਤੋੜੀ, ਜਿਹਦੇ ਪਰ ਸਾਰੇ ਦੇਸ਼ ਤਮਾਸ਼ਾ ਕਰਾ ਦੇ ਨੇ ਕਿ ਮਾਰੇ 370 ਸੀਟਾਂ ਲੈਣੀਆਂ, ਸਾਨੂੰ ਛਿੰਡੂ ਲਾ ਦੇ, ਰੋਜ਼ ਰੋਜ਼ ਛਿੰਡੂ ਲਾ ਦੇ, ਸਾਡੀ 370 ਥੋੜ੍ਹੀ ਦੀ ਨਾ, ਅਸੀਂ ਛਿੰਡੂ ਲਗਾਇਆ ਨਾ। 370 ਦਾ ਮਤਲਬ ਕੀ ਹੈ, ਕੋਈ ਬਾਹਰ ਦਾ ਆਦਮੀ ਤੁਹਾਡੀ ਨੌਕਰੀ ਨਹੀਂ ਹੋਈ ਸਕਦਾ, ਮਾੜੀ ਗੱਲ ਹੈ, ਕੋਈ ਬਾਹਰ ਦਾ ਤੁਹਾਡੀ ਜ਼ਮੀਨ ਨਹੀਂ ਪਰ ਕਬਜ਼ਾ ਨਹੀਂ ਕਰ ਸਕਦਾ, ਮਾੜੀ ਗੱਲ ਹੈ, ਕੋਈ ਵੀ ਤੁਹਾਡਾ ਅੱਖ ਨਹੀਂ ਛਿੰਨ ਸਕਦਾ, ਤੁਹਾਡੀ ਆਪਣੀ ਇੱਕ ਪਹਿਚਾਣ ਹੈ, ਤੁਹਾਡੇ ਕੋਲ ਇੱਕ ਸਟੇਟ ਸਬਜੈਕਟ ਹੈ, ਔਰ ਜਿਹਦੇ ਕੋਲ ਨਹੀਂ ਹੈ ਉਹਦੇ ਵਾਸਤੇ ਡੋਮੀ ਸਾਲ ਚਾਹੀਦਾ, ਜਿਹੜੇ ਲੋਕ ਬੈਸਟ ਪਾਕਿਸਤਾਨੀ ਹੈ, ਬਾਕੀ ਦੇ ਨਹੀਂ ਚਾਹੀਦਾ। ਡੋਮੀ ਸਾਹਿਬ ਤੁਸੀਂ 25 ਲੱਖ ਡੋਮੀ ਸਾਹਿਬ ਬਣਾਈ ਜੁੜਿਆ ਸੀ, ਔਰ ਤੁਸੀਂ ਸਟੇਟ ਸਬਜੈਕਟਾਂ ਲਈ ਜਿਹੜੇ ਲੋਕ ਪਰਮਾਨੈਂਟ ਰਹਿਣ ਵਾਲੇ ਲੋਕ ਨੇ, ਉਹਨਾਂ ਦੀ ਲੋਕਾਂ ਵੀ ਉਹਦੇ ਬਰਾਬਰ ਖੜਾ ਕਰ ਗਿਆ। ਅੱਜ ਤੁਸੀਂ ਮਹਿਸੂਸ ਕਰੋ ਤੁਹਾਡੀ ਹਾਲਤ, ਮੇਰੀ ਹਾਲਤ ਕੀ ਹੈ, ਆਸੂ ਸਾਲ ਵੀ ਬਰਾਬਰ ਹੋਈ ਹੈ, ਜਿਹੜਾ ਆਦਮੀ ਅੱਜ ਆਇਆ ਉਹਦਾ ਅੱਖ ਵੀ ਸਾਰੇ ਬਰਾਬਰ ਹੋਈ ਹੈ। ਹਜ਼ਾਰਾਂ ਸਾਲ ਦੇ ਰਹਿਣ ਵਾਲੇ ਲੋਕ ਸੀ, 1000 ਸੀਅਰ, ਔਰ ਇੰਨੇ ਸਾਲੇ ਰਹਿਣ ਵਾਲੇ ਆਦਮੀ ਕੀ 1 ਮਿੰਟ 'ਚ ਸੜਕ 'ਚ ਖੜਾ ਕਰ ਲਿਆ। ਤਾਂ ਮੈਂ ਜਨਾਬ ਵੀ ਕਰਾਉਣਾ ਚਾਹੁੰਦਾ, ਇਹ ਫੈਸਲੇ ਹੁੰਦੇ ਰਹੇ, ਅਗਲੀ ਗੱਲ 370 ਬਾਣੀ, ਅਤੇ ਜਿਹੜੀ ਗੁਜਰਾਤ ਦੇ 370 ਲੱਗੀ ਸੀ, ਗੁਜਰਾਤ 'ਚ ਕੋਈ ਆਊਟਸਾਈਡਰ, ਕੋਈ ਬਾਹਰ ਦਾ ਆਦਮੀ ਗੁਜਰਾਤ 'ਚ ਨੌਕਰੀ ਲੈ ਸਕਦਾ, ਮੋਦੀ ਸਾਹਿਬ ਦੀ ਸਟੇਟ 'ਚ ਕੋਈ ਬਾਹਰ ਦਾ ਆਦਮੀ ਨੌਕਰੀ ਸਰਕਾਰੀ ਨਹੀਂ ਹੋਤੀ, ਤੁਸੀਂ ਇਹ ਗੱਲ ਦਾ ਸਵਾਲ ਹੈ ਮੇਰਾ। ਔਰ ਦੂਏ ਨਾਲ ਵਿਦਰਭਾ ਤੁਹਾਡੀਆਂ ਆਈਡੈਂਟੀਆਂ ਸੇਫ ਰਹਿਣੀ ਚਾਹੀਦੀਆਂ, ਡੋਗਰਾ ਆਈਡੈਂਟੀ ਸੇਫ ਨਹੀਂ ਰਹਿਣੀ ਚਾਹੀਦੀ। ਪੰਜਾਬ 'ਚ ਕੀ ਲੜਾਈ ਹੈ, ਪੰਜਾਬ ਤੋਂ ਲੜਾਈ ਸ਼ੁਰੂ ਹੋਈ ਸਪੈਸ਼ਲ ਸਟੇਟ ਅਪਰੂਵ,
ਮੈਨੂੰ ਸਪੈਸ਼ਲ ਸੀਟ ਦਿੰਦਾ ਜਾਏ। ਕੌਣ ਨਹੀਂ ਇਸ ਕਰੀ ਲਾਈ ਬਣੀ ਲੜਾਈ ਔਰ ਤਿਆਰ ਕਰੀ ਪੋਲੀਟੀਕਲੀ ਕਿ ਉਹਦੇ ਵਿਚਾਰੇ ਦੀ ਬਦਨਾਮੀ ਵਾਲੇ ਪਾਸੇ ਪਜਾ ਗਿਆ। ਆਏ ਕਿਸਾਨ ਕਿੰਨਾ ਕਿਸਾਨ ਮਰਿਆ ਪਿਛਲੇ ਵਾਰੀ ਕੋਰੋਨਾ 'ਚ, ਔਰ ਇਸ ਨੋਟ ਕਰੋ ਹਿੰਦੁਸਤਾਨ 'ਚ ਸਾਰੇ ਕੋਰੋਨਾ ਖਤਮ ਹੋਈ ਆ, ਲਖਨਪੁਰ ਖਤਮ ਨਹੀਂ ਹੋਇਆ। ਲਖਨਪੁਰ ਸੂਈ ਲੱਗਣੀ ਲੱਗਣੀ ਨੱਕੇ 'ਚ, ਪੂਰੇ ਦੇਸ਼ 'ਚ ਨਹੀਂ ਲੱਗਣੀ, ਬਸ ਤੁਹਾਨੂੰ ਲਖਨਪੁਰ ਲੱਗਣੀ। ਲੋਕ ਸੋਚਦੇ ਕੋਰੋਨਾ ਖਤਮ ਹੋਈ ਆ, ਕੋਈ ਰਸਤੇ 'ਚ ਰੁਕਾਵਟ ਨਹੀਂ ਹੈ, ਲਖਨਪੁਰ 'ਚ ਕਿਉਂ ਐਸਾ ਹੋ ਰਿਹਾ? ਬਾਅਦ 'ਚ ਪਤਾ ਕੀਤਾ ਸੂਈ ਬਾਹਰ ਨਿਕਲਿਆ ਨਾ, ਇਹ ਪੁਜੀਸ਼ਨ ਇਸ ਕਰੀਏ ਬਣਾਏ ਲੋਕ, ਇਸ ਕਰੀ ਕੀਤਾ ਬਣਾਇਆ ਅਸੀਂ। ਹੈਂ ਹੁਣ ਦੂਆ ਨੰਬਰ, ਜਿਹੜਾ ਆਦਮੀ ਤੁਸੀਂ ਕੀ ਨਾ ਪਰੇਸ਼ਾਨ ਹੈ ਉਸੀ ਕੀ ਪਤਾ ਲੱਗਣ ਸੰਡਾ ਕੀ ਹੁੰਦੀ ਹੈ, ਦੱਸੀ ਰਹੇ ਨੇ ਕੀ ਹੁੰਦੀ ਲੱਗਣ ਸੰਡਾ, ਦੱਸੀ ਸਕਦੇ ਕਿ ਭਜਵਾਲ ਕੀ ਹੁੰਦਾ ਹੈ ਤੇ ਮੁੰਡੇ ਖੜੇ ਕੀ ਹੁੰਦਾ ਹੈ, ਦੱਸੀ ਦੇ ਭੰਗੀ ਕੀ ਹੁੰਦੇ ਨੇ, ਦੱਸੀ ਦੇ ਦਿੰਦਾ, ਮੁਰਜਾਲੀਏ ਕੌਣ ਹੁੰਦੇ ਨੇ ਦੱਸੀ ਸਕਦਾ, ਬੜਿਆਲੀਏ ਕੌਣ ਹੁੰਦੇ ਦੱਸੀ ਸਕਦਾ, ਪਗਿਆਲੀਏ ਕੌਣ ਹੁੰਦੇ ਦੱਸੀ ਸਕਦਾ, ਤੇ ਬਾਕੀ ਜਿਹੜੇ ਹੋਰ ਹੁੰਦੇ ਉਹਨੇ ਕੌਣ ਜਾਣਦਾ, ਤੇ ਜੇ ਪਹਿਚਾਣ ਨਹੀਂ ਹੈ ਤੁਹਾਨੂੰ ਲੋਕਾਂ ਦੇ ਕੰਮ ਕਿਉਂ ਨੇ ਕਰੀਏ, ਤੁਹਾਡੇ ਕੋਲ ਕੋਈ ਸ਼ੱਕ ਨਹੀਂ ਹੈ ਵੋਟਿਆਂ ਵਾਲਾ, ਲੇਕਿਨ ਜਿਹੜੇ ਲੋਕ ਅਜੇ ਸੁੱਤੇ ਦਿਨ ਜਿਹੜੇ ਸਮਝ ਨਹੀਂ ਆਏ ਵੀ ਆਏ, ਸਮਝਣਾ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਇਹ ਮੇਰੀ ਜਨਾਬ ਸਾਰੇ ਕੀ ਬੇਨਤੀ ਹੈ, ਪੰਜ ਟੂਰਿਜ਼ਮ ਡਿਵੈਲਪਮੈਂਟ ਅਥਾਰਟੀ ਦਿੱਤੀ ਮੈਂ, ਕਸ਼ਮੀਰ 'ਚ ਪੰਜ ਟੂਰਿਜ਼ਮ ਅਥਾਰਟੀਆਂ, ਟੂਰਿਜ਼ਮ ਡਿਵੈਲਪਮੈਂਟ ਅਥਾਰਟੀ ਦਾ ਮਤਲਬ ਹੁੰਦਾ ਕਿ ਟੂਰਿਸਟ ਪਲੇਸ ਲੋਕੇਟ ਕਰਨਾ, ਫਿਰ ਉੱਥੇ ਤਰੱਕੀ ਹੁੰਦੀ ਸੀ, ਪੈਸੇ ਮਿਲਦੇ, ਫੰਡਸ ਮਿਲਦੇ। ਮੈਂ ਪੰਜ ਆਪਣੀ ਕਾਨਸੋਸੀ ਲੈ ਲਈ, ਇਹਨੇ ਕਿਹਾ ਮੈਂ ਪੁੱਛਿਆ ਕਿ ਆਖਦੇ ਜੀ ਬਰਫ਼ ਬਰਫ਼ ਪਈ ਹੈ, ਉਹ ਗੁਰਮਰ ਬਰਫ਼ ਪਈ, ਟੀ ਵੀ 'ਚ ਆਉਂਦਾ ਗੁਰਮਰ ਬਰਫ਼ ਪਈ, ਮਾਰੇ ਪਹਿਲਗਾਮ ਬਰਫ਼ ਪਈ, ਕਸ਼ਮੀਰ 'ਚ ਬਰਫ਼ ਪਈ, ਕਦੇ ਭੱਦਰਵਾਣੀ ਪਈ, ਕਦੇ ਪਾਣੀ ਨਹੀਂ ਪਈ, ਕਦੇ ਡੂਡੂ ਬਸੰਤਗੜ੍ਹ ਨਹੀਂ ਪਈ, ਕਦੇ ਸੰਨਾਸਰ ਨਹੀਂ ਪਈ, ਕਦੇ ਪਤਨੀ ਟਾਪ ਨਹੀਂ ਪਈ, ਕਦੇ ਮੁਰਗੀ ਗਈ, ਕਦੇ ਇੰਸ਼ਨ ਨਹੀਂ ਪਈ, ਕਦੀ ਬਾੜਵਾੜ ਨਹੀਂ ਪਈ, ਕਦੇ ਮਾਰਵਾ ਨਹੀਂ ਪਈ, ਕਦੀ ਦਰਸ਼ਨ ਨਹੀਂ ਪਈ, ਸਾਡੇ ਪਰ ਪਏ ਨਹੀਂ, ਪਰ ਉੱਥੇ ਵੀ ਉੱਥੇ ਪਈ ਟੀ ਵੀ 'ਚ ਵੀ, ਜੇ ਅੱਜ ਜਲਸੇ ਮੈਂ ਕਰਨਾ ਪੌੜੀਆਂ ਤੁਸੀਂ ਬੈਠੇ ਨਹੀਂ ਆ, ਹੈ ਤਾਂ ਖਬਰ ਨਾ ਤੁਹਾਡੀ ਤੇ ਨਾ ਮੇਰੀ। ਨਾ ਖਬਰ ਤੁਹਾਡੀ ਤੇ ਨਾ ਮੇਰੀ, ਗੱਲ ਕਰ ਲਓ, ਜਲਸਾ ਮੈਂ ਕੀਤਾ, ਫਾਰਮ ਮੈਂ ਭਰਿਆ, ਹਜ਼ਾਰਾਂ ਹਜ਼ਾਰਾਂ ਲੋਕ ਲਈਏ, ਖਬਰ ਕੋਈ ਨਹੀਂ, ਖਬਰ ਕੁਦੀ ਜੇ ਸੈਕੜੇ ਬੰਦੇ ਹੁੰਦੀ ਟੀ ਵੀ 'ਚ ਖਬਰ ਆ ਰਹੀ, ਕਿਆ ਬਾਤ ਹੈ, ਟੀ ਵੀ ਆ ਲਿਓ, ਇਨਫੋਰਮੇਸ਼ਨ ਬ੍ਰੋਡਕਾਸਟਿੰਗ ਹੈ ਜੀ। ਦੂਰ ਦਰਸ਼ਨ ਸਾਡੇ ਸਾਡੇ ਦਰਸ਼ਨ ਬਿਲਕੁਲ ਦੂਰ ਉਹਦੇ ਦਰਸ਼ਨ, ਇਸ ਕਰੀ ਮੈਂ ਗਰਨ ਸਾਨਾ ਮੇਰੀ ਸ਼ਨਾਬ ਅੱਗੇ ਬੇਨਤੀ ਹੈ, ਥੋੜ੍ਹੀ ਥੋੜ੍ਹੀ ਮੁਸ਼ਕਿਲ ਕੁਦਰ ਟੀ ਵੀ ਬਣਾ ਸਕਦੀ, ਤੁਹਾਡੇ ਦਾਣ ਸਿੱਝਾਂ ਦੇ ਗਿੱਲੇ ਕਣਕ ਡੁੱਬੀਆ ਰੁੜੀਆ ਦਬੋਈਆ ਬਰਬਾਦ ਹੋਈਆ ਖਰਾਬ ਹੋਈਆ, ਸਵਾਲ ਹੀ ਨਹੀਂ ਪੈਦਾ ਤੁਸੀਂ ਰੱਬੀਆ, ਸੇਬ ਨਹੀਂ ਸੜਨਾ ਚਾਹੀਦਾ, ਅੰਬ ਅੰਬ ਦੋਨੀ ਕੀਮਤ ਨਹੀਂ ਤੁਹਾਡੇ ਮੇਰੀ, ਦੋਨੀ ਕੀਮਤ ਨਹੀਂ ਤੁਹਾਡੇ ਮੇਰੀ, ਔਰ
ਬੜੇ ਬੜੇ ਝਾਈ ਬੂਟੇ ਜੇ ਲੋਕਾਂ ਵੱਢੀ ਟੁੱਕੀਏ ਤੇ ਉਹਦੇ ਪੈਰ ਸੋਹੇ ਬਣਾਏ। ਇਹ ਸਾਡੇ ਰੁਲਦਾ ਰੁਲਦਾ ਕੰਡੇ ਮੰਗੇ ਪੀੜ ਪਈ। ਮੈਂ ਕੰਡੇ ਮੈਂ ਮਿਨਿਸਟਰ ਬਣਿਆ, ਮੈਂ ਕੰਡੇ ਦੁਆਏ, ਮੈਂ MP ਬਣਿਆ, ਮੈਂ ਕੰਡੇ ਦੁਆਏ। ਆਈ ਫੋਰ ਦਾ ਗਵਰਨਮੈਂਟ, ਮੈਂ ਕੰਡੇ ਉਹਦੇ ਕੰਨੇ, ਮੈਂ ਕੰਡੇ ਦੁਆਏ ਤੇ ਫਿਰ ਇੱਕ ਉਹਦਾ ਕੰਪਟੀਸ਼ਨ ਬਣਿਆ ਤੇ ਧਾਨ ਵਿਕਣਾ ਸ਼ੁਰੂ ਹੋਏ। ਕੰਡੇ ਇਹ ਕੰਡੇ ਬੰਦ ਕਹਿੰਦੇ ਨੇ ਸਰਕਾਰ ਹੈ, ਪਤਾ ਨਹੀਂ ਕਿੰਨਾ ਆਰਡਰ ਕੰਡੇ ਦਾ। ਸਰਦਾਰ ਸਾਹਿਬ ਨੂੰ ਪੁੱਛੋਦੇ ਰਹੋਗੇ ਵਾਲੇ ਪੰਜਾਬ 'ਚ ਕੰਡੇ ਨਹੀਂ ਖੁੱਲਣੇ ਨੇ, ਇਹ ਕਾਨੂੰਨ ਤਿੰਨ ਬਣੇ ਕਿ ਇਹ ਕੰਡਾ ਨਹੀਂ ਲੱਗਣਾ ਚਾਹੀਦਾ, ਕੰਡਾ ਕੱਢਣਾ ਚਾਹੀਦਾ, ਕੰਡਾ ਨਹੀਂ ਲੱਗਣਾ ਚਾਹੀਦਾ। ਕਿ ਕਿਸੇ ਹਾਲਾਤ 'ਚ ਚਲੀ ਆਓ, ਬਿਜਲੀ ਜਿਹਦੀ 120 ਰੁਪਏ ਪਹਾ ਉਹਦੀ 500 ਹੀ, ਜਿਹਦੀ 200 ਹੀ ਉਹਦੀ 1000 ਹੋਈ, ਜਿਹਦੀ 500 ਹੀ ਉਹਦੀ 1500 ਹੀ ਕਰਾਇਆ। ਤੁਹਾਡੀ ਆਮਦਨ ਵਧੀ ਹੈ ਕਿਸੇ ਦੀ? ਨੌਕਰੀ ਕੋਈ ਨਹੀਂ ਲੱਗੀ, ਤਨਖਾਹ ਕੋਈ ਨਹੀਂ ਵਧੀ, ਕਾਰੋਬਾਰ ਕੋਈ ਨਹੀਂ ਵਧਿਆ, ਹੈ ਤੇ ਬਿਜਲੀ ਵਧਾ ਦੀ। ਹਰ ਜਨਾਨੀ, ਹਰ ਤਰੀ ਜਨਾਨੀ ਗੈਸ ਹੋਈ, ਪੁੱਛਿਆ ਗੈਸ ਕਿਆ ਹੋਈ, ਕਹਿ ਗੈਸ ਹੋਈ ਯਾਰ, ਵੀ ਬੜੀ ਗੈਸ ਹੈ, ਬੜੀ ਗੈਸ ਹੈ, ਤੁਹਾਨੂੰ ਨਹੀਂ ਇਹਦੇ ਚੇਤੇ। ਸਾਇੰਟਿਸਟ ਆਏ, ਤਜਰਬਾ ਕੀਤਾ, ਉਹਨੇ ਕਿਹਾ ਸਾਇੰਸ ਦਾ ਬੇਸਿਕ ਕਾਰਨ ਹੈ ਜਿਹੜੀ ਇਹਨੇ ਗੈਸ ਦਿੱਤੀ ਮੁਫਤ, ਉਹ ਕੱਢੀ ਨਾ ਬਾਹਰ ਜਾਈ ਨਾ ਸਿਲੰਡਰ ਦੂਜੀ ਗੈਸ। 385 ਰੁਪਏ ਖਰਾਬ ਹੋਇਆ ਸਿਲੰਡਰ, ਆ ਤੁਸੀਂ ਵੀ ਥਮਾ ਦੇ ਨਹੀਂ ਸਾਡੇ ਕੋਲ 385 ਵਾਲਾ ਮੁਫਤ ਲੈ ਲਿਆ ਹੈ ਜੀ। ਬਹੁਤ ਮੇਰੀਆਂ ਚੁੱਲ੍ਹਾ ਹੈ, ਟਾਕੀਆਂ ਟੁੱਕੀਆਂ ਮਾਰੀਆਂ ਛਕਾਇਆ, ਹੁਣ ਕਾਫੀ ਮੈਂ ਭਾਰੇ ਭੂਰੇ ਫਿਰਨਾ, ਲੋਕਾਂ ਸਾਫ ਸੁਫਰੀ ਕੱਢਣਾ ਬੰਦੀ ਸੁੱਟੀ ਦਾ ਪੈ ਪਿੰਡਾ ਸਿਲੰਡਰਾ ਉਹਦੇ ਦੂਜੇ ਰੱਖੀਆਂ ਤਾਂ ਗੋਲੀਆਂ ਰੱਖੀਆਂ ਪਤਾ ਕਰੋ ਸਾਰੇ ਫੋਨ ਕਰਾਉਂਦੀ ਸਾਰੇ ਲੋਕਾਂ ਦੀ ਪੈਰਾਂ ਦੀਆਂ ਰੱਖੀਆਂ ਸੜੀਆਂ, ਧੂੰਆਂ ਨਹੀਂ ਖਾਣਾ, ਹੁਣ ਤੂੰ ਚੰਗਾ ਚੜ੍ਹਿਆ ਇਹ ਕਹਿੰਦਾ ਹੋਰ ਦੋ ਵਾਰੀ ਰਹਿਣ ਨਾ, ਤੁਸੀਂ ਨਹੀਂ ਸੋਚੀ ਸਕਦੇ ਤੁਹਾਡਾ ਬਣੇ ਗਏ। ਸ਼ੁਕਰ ਕਰੋ ਮੈਂ ਆਈ ਆ, ਸ਼ੁਕਰ ਕਰੋ ਮੈਂ ਆਈ ਆ, ਗੈਸ ਵੀ ਠੀਕ ਹੋ ਜਾਣੀ, ਸਭ ਠੀਕ ਹੋ ਜਾਣਾ। ਆਪਣੀ ਆਪਣੀ ਰਸੋਈ ਦੇਖੋ, ਝੂਠੀ ਇਮਾਨਦਾਰੀ ਨੇ ਜਨਾਨੀ ਵੀ ਬੜਾ ਚੱਕ ਚਪਾਇਆ, ਕੋਈ ਸਾਧੂ ਦੱਸੇਗਾ ਇਹ ਸਦਭਾਅ ਵਾਲਾ, ਫਿਰ ਜਲਦੀ ਇਸ਼ਾਰਾ ਮਾਰਦਾ ਤੂੰ ਸਾਰੇ ਸਿਆਸਤ ਕਰਨਾ, ਤੇਰੇ ਕੀ ਕੰਮ ਕਰੀ ਤੂੰ, ਤੂੰ ਵੀ ਫੋਨ ਵੀ ਮਾਰਨਾ ਵਾਲਾ ਕੁਰਤਾ ਕਰਦਾ ਲਾਈਆ, ਫਿਰ ਤੁਸੀਂ ਠੀਕ ਫਾਇਦਾ ਮੇਰੇ ਦੇ ਕੱਪੜੇ, ਮੇਰੇ ਕੱਪੜੇ ਦਾ ਕੰਮ ਤੂੰ ਕੀ ਕਰੇਗਾ, ਜੇ ਮੈਂ ਤੇਰੇ ਕੱਪੜੇ ਦਾ ਕੰਮ ਕੀਤਾ ਤੁਸੀਂ ਤਾਂ ਭੁੱਖੇ ਮਰੀ ਜਾਣਾ ਹੈ। ਮੈਂ ਤਾਂ ਬਾਬਾ ਪਰ ਨਹੀਂ, ਐ ਵੀ ਲਾਲ ਲਾਲਾ ਬਾਬਾ ਲਾਲ ਲਾਲ ਮੈਂ ਵੀ ਤੁਹਾਡੇ ਨਾਲ ਬਾਬਾ ਲਾਲ ਆਈ ਤੇ ਮੇਰਾ ਗੱਲ ਦਾ ਮਕਸਦ ਇਹ ਹੈ, ਅਸੀਂ ਰਸੋਈ ਦੇ ਅੰਦਰ ਵਿਚਾਰੀ ਆਪਣੇ ਸ਼ੌਕ ਨੇ ਸਾਡੇ ਸ਼ਹਿਰਾਂ 'ਚ ਗ੍ਰਾਂ 'ਚ ਸਾਡੀਆਂ ਡੱਬੇ ਚਿੱਟੇ ਚਿੱਟੇ ਡੱਬੇ ਨੇ, ਸਾਫ਼ ਕਰੀਏ ਸ਼ਿਆਲ ਕਰੀਏ ਨਾ ਮਾਏ ਦੀ ਦਾਲ ਛੋਲੇ ਦੀ ਦਾਲ, ਇਹ ਕਾਲੇ ਛੋਲੇ ਇੱਕ ਚਿੱਟੇ ਇਹ ਬਾਰੇ ਰਾਜਪਾ ਇਹ ਡੱਬੇ ਲਿਸ਼ਕਾ ਲਈ ਬੜੀ ਰਸੋਈ ਭਰੀ ਹੁਣ ਜੋ ਦੇਖੇ ਇਹ ਵੀ ਭੁੱਖੀ ਇਹ ਵੀ ਭੁੱਖੀ ਇਹ ਵੀ ਭੁੱਖੀ। ਮੈਂ ਜੋ ਲੈਣਾ ਮੈਂ ਸਿੰਚਾਈ ਅੰਦਰ ਦਿਖਾਉਣਾ ਮੁੱਕਾ ਮੁੱਕੀ ਹੈ ਮੇਰੀ, ਕਦੀ ਵੀ ਕਦੀ ਵੀ ਸੁਦ੍ਰਿੜ ਕਰੋ, ਕਦੀ ਵੀ ਦਾਲਾਂ ਪੈਸੇ 'ਚ ਬੰਦੀਆਂ ਰੁਪਏ 'ਚ ਕਦੇ ਨਹੀਂ ਬੰਦੀਆਂ। ਇਹ ਪਹਿਲਾ ਸਮੇਂ ਆਇਆ
ਕਿ ਦਾਲਾਂ ਰੁਪਏ ਚ ਵਧੀਆ ਰੁਪਏ ਚ ਵਧੀਆ ਬੋਰੀ ਚ ਆਟਾ ਖੁੱਲਾ ਮਿਲਦਾ ਹਾ, ਚੌਲ ਖੁੱਲੇ ਮਿਲਦੇ, ਦਾਲਾਂ ਖੁੱਲੀ ਮਿਲਦੀ ਹਾਂ, ਉਧਰ ਕੋਈ ਟੈਕਸ ਨਹੀਂ ਆ, ਇਹਨਾਂ ਉਧਰ ਵੀ 28% ਟੈਕਸ ਆ ਗਿਆ। ਇਹ ਤੁਹਾਨੂੰ ਬਚਨ ਹੀ ਦੇਣਗੇ, ਮੇਰੀ ਗੱਲ ਯਾਦ ਰੱਖਿਓ। ਮੇਰੀ ਸੁਣਾਓ, ਇਹ ਸਾਰੀ ਲੜਾਈ ਲੜਨੀ ਕੋ ਨਹੀਂ, ਇਹ ਤੁਹਾਡੇ MP ਨੇ ਲੜਨੀ, ਜਿਹੜਾ MP ਬਣਾਇਆ ਉੱਥੇ ਤੁਹਾਡੇ ਅਗਰ ਕਾਨੂੰਨ ਬਣਿਆ ਜ਼ਮੀਨ ਖੋਲਣ ਦਾ ਤੇ ਟਿਊਬ ਨਹੀਂ ਜਾਂਦਾ, ਕਹਿੰਦਾ ਠੀਕ ਹੈ ਟਿਊਬ ਨਹੀਂ ਜਾ ਉੱਥੇ। ਉਹਨੇ ਕਿਹਾ ਕਾਨੂੰਨ ਬਣਿਆ ਸਟੇਟ ਤੋਂ ਜਿਹੜਾ ਦਫਾ 300 ਨੌਕਰੀਆਂ ਖੋਲਦਾ, ਕਹਿੰਦਾ ਠੀਕ ਹੈ, ਬਹੁਤ ਅੱਛਾ ਬਹੁਤ ਅੱਛਾ। ਕਮਾਲ ਹੀ ਆ, ਟੇਬਲ ਚ ਤੁਹਾਡੇ ਖਿਲਾਫ਼ ਕਾਨੂੰਨ ਬਣੇ, ਉਹ ਤੁਸੀਂ ਵੀ ਤਾਂ ਟੇਬਲ ਵਜਾਓ। ਮੇਰਾ ਨਿਸ਼ਾਨ ਕਿਹਦੇ ਪਤਾ? ਚੌਥਾ ਨੰਬਰ ਚੁੱਕੋ, ਦੱਸੋ ਫਿਰ ਤੁਸੀਂ ਵੀ ਚੁੱਕਿਓ ਪੌੜੀ ਵਾਲੀ ਚੁੱਕਾ ਰਹੀ। ਉਹਦੇ ਬਾਅਦ ਨੰਬਰ ਹੈ ਚੌਥਾ, ਕਹਿੰਦਾ ਬਟਨ ਦਾ ਕਿਨਵਾ ਕਰੋ ਇਆ ਚੇਤਾ ਰਹੋ ਵੀ ਚੌਥਾ, ਤੂੰ ਇਹ ਚੌਥਾ ਦੱਸ ਕੀਤੇ ਚੌਥਾ ਹੀ ਹੁੰਦਾ, ਇੱਕ ਦੋ ਤਿੰਨ ਚਾਰ ਚਾਰ ਹੁੰਦਾ, ਤੁਸੀਂ ਆਖਦੇ ਚੌਥਾ। ਹੁਣ ਤੁਸੀਂ ਆਖਣਾ ਸੁਣੋ, ਚੌਥਾ 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 ਤੁਸੀਂ ਬਟਨ ਦਬਾਉਣੀ ਆ, ਮੈਂ ਚੌਥਾ ਜਾਣ ਚਾਹੀਦਾ, ਮੈਂ ਚੌਥਾ ਜਾਣ ਚਾਹੀਦਾ, ਮੈਂ ਕੁਛ ਉੱਥੇ ਜਾਣੀ ਆ, ਇਹ ਚੌਥਾ ਜਾਣ ਚੱਲੀ ਆ ਕੁੜੀਆਂ ਨੇ ਵੀ, ਹਾਂ ਤੂੰ ਤੁਸੀਂ ਵੀ ਚੌਥਾ ਜਾਣ ਜਾਣਾ, ਮੈਂ ਵੀ ਸੋਚੋ ਨਹੀਂ ਜਾਣਾ, ਅਸਾਂ ਜਾਣਾ ਕਰੋ। ਅੱਛਾ ਉਸਦੇ ਬਾਅਦ ਜਾਣਾ ਉਹਦੇ ਬਣ ਮਾਣਾ, ਬੜੇ ਉਦਾਸ ਹੋਏ ਤੇ ਇਹ ਵੀ ਬੜਾ ਤਕੜਾ ਹੋਈ ਚੌਥਾ ਜਾਣਦਾ ਸੀ, ਉਹਦੇ ਪੇੜ ਹੋ ਗਈ। ਅਤੇ ਮੇਰੀ ਸ਼ਰਾਬ ਸਾਰੇ ਬੇਨਤੀ ਹੈ, ਰਿਕੁਐਸਟ ਹੈ, ਤੁਸੀਂ ਵੀ ਸੋਣਾ ਸਾਣਾ ਆਪਣੀ ਤਾਂ ਨੀਂਦਰ ਨਹੀਂ ਦੀ, ਕੋਈ ਨੀਂਦਰ ਨਹੀਂ ਉੱਡੀ ਦਾ ਸਭ ਕੁਛ, ਤੁਸੀਂ ਪਤਾ ਇਹਨਾਂ ਬੜਾ ਸਤਾਇਆ ਮੇਰੇ ਫਰਕ ਰਹੇਗੀ ਮਿਲੀ ਮੇਰੀ ਲੱਗੀ। ਉਹ ਵਿਚਾਰੇ ਪੁੰਛੀ ਮੀਰਪੁਰੀ ਮੁਜ਼ੱਫਰਾਬਾਦੀ ਇਹ ਸਾਰਾ ਕੁਛ ਮੁਹਾਈ ਆ ਜਾਂਦੇ ਬੁੱਢੇ POK 'ਚ, ਵਾਪਸ ਕਿੰਨੇ ਤਾਂ ਪਰਿਵਾਰ ਕਟੋਈ ਹੈ, ਕਤਲ ਹੋਈ ਹੈ, ਇਹਨੇ ਜ਼ਮੀਨ ਮਿਲੀ ਇੱਥੇ ਜਿਹੜੀ ਸਰਕਾਰ ਇਹਨੂੰ ਦਿੱਤੀ, ਇਹ ਜਿਹੜੇ ਨਵੇਂ ਜੰਮੇ ਹੋਣ ਇਹਨਾਂ ਆਖਿਆ ਤੁਸੀਂ ਜ਼ਮੀਨ ਨਹੀਂ ਵੇਚ ਸਕਦੇ, ਤੁਸੀਂ ਜ਼ਮੀਨ ਪਰ ਲੋਨ ਨਹੀਂ ਲੈ ਸਕਦੇ, ਇਹਦੀ 254 ਵੀ ਹੈ। ਮੀਂਹ ਸੁਣਾਓ, ਜ਼ਮੀਨ 47 ਦੀ ਲੈਦੀ ਇਹਨਾਂ ਗਾਉਣ ਦੀ, ਕਈਆਂ ਵੇਚੀ ਉੱਡਦੀ ਹੈ, ਕਈ ਵਾਰ ਥੋੜ੍ਹੀ ਲੈਦੀ ਹੈ, ਮੁਸ਼ਕਿਲ ਆਉਂਦੀ ਹੈ, ਜ਼ਮੀਨ 'ਤੇ ਸੋਨਾ ਕਹਿੰਦੇ ਸੀ, ਘਰੇ ਦੇ ਹਾਲਾਤ ਖਰਾਬ ਹੋ ਜਾਂਦੇ। ਅਸੀਂ ਜ਼ਿਮੀਦਾਰ ਜਿਹੜੇ ਕੋਲੇ 'ਚ ਦਾਣੇ ਪਾਉਂਦੇ ਰਹੇ ਨਾ, ਕੋਲ ਦਾ ਜਿਹੜਾ ਖਲਗੀ ਚੱਪੜੀ ਪੁੱਟਦੇ ਰਹੇ ਨਾ, ਬੜੀ ਮੁਸੀਬਤ 'ਚ ਪੁੱਟਦੇ ਰਹੇ ਹਾਂ, ਅੱਜ ਬੜੀ ਰਿਜ਼ਰਵ ਦਾ ਕੋਟਾ, ਰਿਜ਼ਰਵ ਕੋਟਾ ਜੀ, ਰਿਜ਼ਰਵ ਬੈਂਕ ਆਫ ਇੰਡੀਆ ਦੇ, ਰਿਜ਼ਰਵ ਬੈਂਕ ਆਫ ਇੰਡੀਆ ਨੇ ਅਗਰ ਕਿਤੋਂ ਸਿੱਖਿਆ, ਕਿਸਾਨ ਵੱਲੋਂ ਸਿੱਖਿਆ ਕਿ ਰਿਜ਼ਰਵ ਕਿਵੇਂ ਕਰਦੇ ਨੇ,